ਬੀਤੇ ਦਿਨ ਇੱਕ ਨੌਜਵਾਨ ਦੀ ਖੂਨ ਨਾਲ ਲੱਥ-ਪੱਥ ਲਾਸ਼ ਮਿਲਣ ਤੋਂ ਬਾਅਦ ਮਹਿਜ 24 ਘੰਟਿਆਂ ਵਿੱਚ ਹੀ ਪੁਲਿਸ ਨੇ ਕਥਿਤ ਦੋਸ਼ੀਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਸੰਬੰਧੀ ਪ੍ਰੈਸ ਕਾਨਫਰੰਸ ਦੌਰਾਨ ਜ਼ਿਲ੍ਹਾ ਪੁਲਿਸ ਮੁਖੀ ਰਾਜ ਬਚਨ ਸਿੰਘ ਸੰਧੂ ਨੇ ਦੱਸਿਆ। ਇਹ ਇੱਕ ਬਲਾਈਂਡ ਮਰਡਰ ਦਾ ਕੇਸ ਹੈ ਜਿਹੜਾ ਸਾਡੀ CIA ਸਟਾਫ, ਸਾਡੇ ਜਿਹੜੇ ਆਫਿਸਰਸ ਨੇ, ਇਹਨਾਂ ਨੇ ਬੜੀ ਪ੍ਰੋਫੈਸ਼ਨਲ ਤਰੀਕੇ ਨਾਲ ਇਸ ਨੂੰ ਸੋਲਵ ਕੀਤਾ ਔਰ ਵਿਦ ਇਨ 24 ਆਵਰਸ ਇਹਨਾਂ ਨੇ ਦੋਸ਼ੀਆਂ ਨੂੰ ਫੜ ਕੇ ਇਸ ਕੇਸ ਨੂੰ ਸੋਲਵ ਕਰਨ 'ਚ ਅਸੀਂ ਕਾਮਯਾਬ ਹੋਏ ਹਾਂ। ਸਰ, ਇਹ ਕਤਲ ਦਾ ਕਾਰਨ ਕੀ ਬਣਿਆ ਜੀ? ਇਸ ਕਤਲ ਦਾ ਕਾਰਨ ਇੱਕ ਲਵ ਟ੍ਰਾਇੰਗਲ ਸੀ, ਜਿਹੜਾ ਇੱਕ ਸਰਬਜੀਤ ਕੌਰ ਨਾਮ ਦੀ ਲੇਡੀ ਹੈ ਜਿਹੜਾ ਬਿਊਟੀ ਪਾਰਲਰ ਦਾ ਕੰਮ ਕਰਦੀ ਸੀ, ਉਹਦੇ ਮਲਟੀਪਲ ਲੋਕਾਂ ਨਾਲ ਉਹਦੇ ਸੰਬੰਧ ਸੀ, ਜਿਨ੍ਹਾਂ 'ਚੋਂ ਇੱਕ ਮਰਨ ਵਾਲਾ ਰਾਜੀਵ ਸੀ ਅਤੇ ਦੂਸਰਾ ਜਗਸੀਰ ਜਿਹੜਾ ਜਿਸਨੇ ਇਹ ਕੰਮ ਕੀਤਾ। ਅਤੇ ਦੂਸਰਾ ਜਿਹੜਾ ਮਰਨ ਵਾਲਾ ਰਾਜੀਵ ਹੈ ਉਹ ਇਸ ਤੋਂ 40,000 ਰੁਪਇਆ ਉਸਨੇ ਲਿਆ ਸੀ ਕੁਛ ਚਿਰ ਪਹਿਲਾਂ, ਔਰ ਉਹ ਉਸਦੇ ਕੋਲ ਸਰਬਜੀਤ ਕੌਰ ਦੀਆਂ ਕੁਛ ਫੋਟੋਗ੍ਰਾਫ ਸੀਗੀਆਂ ਜਿਹਦੇ ਕਰਕੇ ਉਹ ਇਹਨੂੰ ਬਲੈਕਮੇਲ ਕਰਦਾ ਸੀ। ਸਰ, ਉਸਨੇ ਚਾਰ ਮਹੀਨੇ ਪਹਿਲਾਂ ਪਰਚਾ ਦਰਜ ਕੀਤਾ ਸੀ, ਸਰਬਜੀਤ ਦੇ ਸ਼ੱਕ ਕਿਵੇਂ ਗਿਆ ਜੀ? ਇਹ ਸਾਡੇ ਟੀਮ ਦੀ ਪ੍ਰੋਫੈਸ਼ਨਲ ਕੰਪੀਟੈਂਸੀ ਹੈ, ਜਿਨ੍ਹਾਂ ਨੇ ਬਿਲਕੁਲ ਪ੍ਰੋਫੈਸ਼ਨਲ ਤਰੀਕੇ ਨਾਲ ਸਾਰੇ ਜਿਹੜੇ ਮੌਕੇ ਤੋਂ ਸਬੂਤ ਚੱਕੇ ਅਤੇ ਟੈਕਨੀਕਲ ਜਿਹੜੀ ਸਾਡੀ ਇਨਵੈਸਟੀਗੇਸ਼ਨ ਦੇ ਹਿਸਾਬ ਨਾਲ ਉਹ ਦੋਸ਼ੀ ਤੱਕ ਪਹੁੰਚਣ 'ਚ ਕਾਮਯਾਬ ਹੋਏ ਵਿਦ ਇਨ ਵੈਰੀ ਸ਼ੋਰਟ ਟਾਈਮ। ਤਫਤੀਸ਼ 'ਚ ਸਾਹਮਣੇ ਜਿਹੜੀ ਆਈ ਹੈ ਘਟਨਾ ਨੂੰ ਇਹਨਾਂ ਨੇ ਅੰਜਾਮ ਕਿਵੇਂ ਦਿੱਤਾ ਹੈਗਾ, ਕਿੱਥੇ ਮਿਲੇ ਆ, ਕਿਸ ਤਰ੍ਹਾਂ? ਤਫਤੀਸ਼ ਦੇ ਹਿਸਾਬ ਨਾਲ ਜਿਹੜੇ ਇਹ ਪਹਿਲਾਂ ਢਾਬੇ ਦੇ ਉੱਤੇ ਇਹਨਾਂ ਨੇ ਖਾਣਾ ਖਾਧਾ ਸਰਬਜੀਤ ਕੌਰ ਅਤੇ ਮਰਨ ਵਾਲੇ ਜਿਹੜਾ ਰਾਜੀਵ ਹੈ, ਉਸ ਤੋਂ ਬਾਅਦ ਸਰਬਜੀਤ ਕੌਰ ਉਸਨੂੰ ਅੱਗੇ ਰਾਤ ਦਾ ਟਾਈਮ ਸੀ, ਅੱਗੇ ਇੱਕ ਸੁੰਨੀ ਸੜਕ 'ਤੇ ਜਾ ਕੇ ਇਹਨੇ ਉਹਨੂੰ ਰੋਕ ਲਿਆ ਅਤੇ ਪਿੱਛੋਂ ਇਹਨੇ ਟਾਈਅਪ ਕੀਤਾ ਹੋਇਆ ਸੀ ਆਪਣੇ ਜਿਹੜਾ ਦੂਸਰਾ ਇਹਦਾ ਜਗਸੀਰ, ਇਹਦਾ ਉਹ ਇੱਕ ਹੋਰ ਜਿਹਦੇ ਨਾਲ ਰਿਲੇਸ਼ਨ ਨੇ, ਜਗਸੀਰ ਦੇ ਨਾਲ ਦੋ ਮੁੰਡੇ ਹੋਰ ਸੀ ਜਿਨ੍ਹਾਂ 'ਚੋਂ ਇੱਕ ਐਕਸ ਕਨਵਿਕਟ ਹੈ ਜਿਹੜਾ ਜੇਲ੍ਹ 'ਚੋਂ ਹਨੂੰਮਾਨਗੜ੍ਹ ਰਾਜਸਥਾਨ ਜੇਲ੍ਹ 'ਚੋਂ ਰੀਸੈਂਟਲੀ ਬਾਹਰ ਆਇਆ, ਇੱਕ ਉਸਦੇ ਨਾਲ ਹੋਰ ਮੁੰਡਾ ਅਰਸ਼ ਨਾਂ ਦਾ ਬੰਦਾ ਸੀ। ਉਹ ਤਿੰਨੋਂ ਲੋਕ ਪਿੱਛੋਂ ਆ ਗਏ, ਉਹਨਾਂ ਨੇ ਆ ਕੇ ਰਾਜੀਵ ਨੂੰ ਘੇਰ ਕੇ ਅਤੇ ਇਸ ਨੂੰ ਤੇਜ਼ਧਾਰ ਹਥਿਆਰਾਂ ਨਾਲ ਇੱਥੇ ਵਾਰ ਕੀਤੇ, ਇਸ ਨੂੰ ਮਾਰ ਕੇ ਇਹਦਾ ਮੋਬਾਈਲ ਅਤੇ ਮੋਟਰਸਾਈਕਲ ਲੈ ਕੇ ਉਹ ਉੱਥੋਂ ਫਰਾਰ ਹੋ ਗਿਆ। ਅਤੇ ਸਰ, ਪਰਿਵਾਰਕ ਮੈਂਬਰਾਂ ਵੱਲੋਂ ਦੇ ਬਿਆਨਾਂ ਦੇ ਆਧਾਰ 'ਤੇ ਜਿਹੜੇ ਚਾਰ ਬੰਦੇ ਦੇ ਪਰਚਾ ਦਰਜ ਹੋਇਆ ਸੀ, ਉਹਨਾਂ ਦਾ ਕੀ ਕੀਤਾ ਗਿਆ? ਜਿਹੜੇ ਚਾਰ ਬੰਦੇ ਇਨੀਸ਼ੀਅਲੀ ਇਹਨਾਂ ਦੇ ਮਰਨ ਵਾਲੇ ਦੇ ਪਰਿਵਾਰ ਨੇ ਸਾਨੂੰ ਲਿਖਾਏ ਸੀ, ਅਸੀਂ FIR ਜ਼ਰੂਰ ਉਹਨਾਂ ਦੇ ਹਿਸਾਬ ਨਾਲ ਕਰੀ ਹੈ, ਪਰ ਉਹਨਾਂ ਨੂੰ ਕਿਸੇ ਨੂੰ ਅਸੀਂ ਅਰੈਸਟ ਨਹੀਂ ਕੀਤਾ, ਨਾ ਹੀ ਕਰਾਂਗੇ, ਉਹਨਾਂ ਨੂੰ ਮੁਕੱਦਮੇ 'ਚੋਂ ਜਿਹੜਾ ਕੱਢਿਆ ਜਾਊਗਾ। ਸਰ, ਇੱਕ ਪਰਿਵਾਰ ਕੱਲ੍ਹ ਪੋਸਟਮਾਰਟਮ ਕਰਾਉਣ ਤੋਂ ਇਨਕਾਰੀ ਸੀ, ਉਹ ਕਿੱਥੋਂ ਕੁ ਤੱਕ ਪਹੁੰਚਿਆ ਪ੍ਰੋਸੈਸ? ਡੈੱਡ ਬੋਡੀ ਐਟ ਪ੍ਰੈਜੈਂਟ ਕਿੱਥੇ? ਡੈੱਡ ਬੋਡੀ ਤਾਂ ਆਲਰੇਡੀ ਮੋਰਚਰੀ 'ਚ ਪੋਸਟਮਾਰਟਮ ਹੋ ਗਿਆ ਅਤੇ ਹੁਣ ਜਦੋਂ ਸਾਰੀ ਗੱਲ ਸਾਹਮਣੇ ਆ ਗਈ ਹੈ, ਹੁਣ ਕਿਸੇ ਨੂੰ ਕੋਈ ਇਸ ਬਾਰੇ ਕੋਈ ਪ੍ਰੋਬਲਮ ਨਹੀਂ ਹੈ।